ਇਹਨਾਂ ਸਾਰੇ ਲੋਕੀ ਜਾਂਦੇ ਆਦੋ ਕੀ ਆ। ਚਲੋ ਬ੍ਰਦਰ ਭਰੇ ਆ ਵੀ ਮੈਂ ਨਾ ਇੱਕ ਕਈ ਵਾਰੀ ਮੈਨੂੰ ਵੀ ਮਨ 'ਚ ਆਉਂਦਾ ਵੀ ਜਿਹੜਾ ਇੱਕ MLA ਹੁੰਦਾ ਜੀ, MLA ਦਾ ਜਾਂ ਤਾਂ ਇਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ। ਇੱਕ MLA ਦਾ ਪ੍ਰੋਟੋਕੋਲ ਮੁਤਾਬਕ ਚੀਫ ਸੈਕਟਰੀ ਅਤੇ DGP ਦੇ ਬਰਾਬਰ ਦਾ ਆਉਂਦਾ ਵਾ, ਮੇਰੇ ਖਿਆਲ ਉਦੋਂ ਵੀ ਉੱਪਰ ਦਾ। ਅਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ, ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ। ਅਤੇ ਜਿਹੜਾ MLA ਜਿਹੜਾ ਵਾ ਜਿਹਨੂੰ ਲੋਕਾਂ ਨਾਲ ਚੁਣਿਆ ਹੋਇਆ ਨੁਮਾਇੰਦਾ, ਉਹਨਾਂ ਨਾਲ ਇੱਦਾਂ ਪੇਸ਼ ਹੋਣਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਆ ਜੀ ਗੱਲ ਇਹ ਤਾਂ। ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ, ਸਾਡੇ ਲੀਡਰਾਂ ਦੇ ਵੱਡੇ ਦਿਲ ਹੁੰਦੇ ਆ, ਸਾਨੂੰ ਕੋਈ ਗੁੱਸਾ ਨਹੀਂ। ਬਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਲਾ ਅਫਸਰ ਆ, ਉਹਨਾਂ ਨੂੰ ਜ਼ਰੂਰ ਪਾਠ ਪੜ੍ਹਾਉਣਾ ਚਾਹੀਦਾ ਬਈ ਕਿਸੇ ਦੀ ਰਿਸਪੈਕਟ ਕਿਵੇਂ ਕਰਨੀ। ਕੀ ਹੋ ਗਿਆ ਤੁਹਾਨੂੰ ਸਾਹਿਬ? ਚਲੋ ਬ੍ਰਦਰ ਭਰੇ ਆ ਵੀ ਮੈਂ ਨਾ ਇੱਕ ਕਈ ਵਾਰੀ ਮੈਨੂੰ ਵੀ ਮਨ 'ਚ ਆਉਂਦਾ ਵੀ ਜਿਹੜਾ ਇੱਕ MLA ਹੁੰਦਾ ਜੀ, MLA ਦਾ ਜਾਂ ਤਾਂ ਇਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ। ਇੱਕ MLA ਦਾ ਪ੍ਰੋਟੋਕੋਲ ਮੁਤਾਬਕ ਚੀਫ ਸੈਕਟਰੀ ਅਤੇ DGP ਦੇ ਬਰਾਬਰ ਦਾ ਆਉਂਦਾ ਵਾ, ਮੇਰੇ ਖਿਆਲ ਉਦੋਂ ਵੀ ਉੱਪਰ ਦਾ। ਅਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ, ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ। ਅਤੇ ਜਿਹੜਾ MLA ਜਿਹੜਾ ਵਾ ਜਿਹਨੂੰ ਲੋਕਾਂ ਨਾਲ ਚੁਣਿਆ ਹੋਇਆ ਨੁਮਾਇੰਦਾ, ਉਹਨਾਂ ਨਾਲ ਇੱਦਾਂ ਪੇਸ਼ ਹੋਣਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਆ ਜੀ ਗੱਲ ਇਹ ਤਾਂ। ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ, ਸਾਡੇ ਲੀਡਰਾਂ ਦੇ ਵੱਡੇ ਦਿਲ ਹੁੰਦੇ ਆ, ਸਾਨੂੰ ਕੋਈ ਗੁੱਸਾ ਨਹੀਂ। ਬਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਲਾ ਅਫਸਰ ਆ, ਉਹਨਾਂ ਨੂੰ ਜ਼ਰੂਰ ਪਾਠ ਪੜ੍ਹਾਉਣਾ ਚਾਹੀਦਾ ਬਈ ਕਿਸੇ ਦੀ ਰਿਸਪੈਕਟ ਕਿਵੇਂ ਕਰਨੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X ਔਰ WhatsApp ਚੈਨਲ ਪਰ।